ਦੋਸਤੋ ਇਹ ਗਜ਼ਲ ਮਜ਼ਹਰ ਤਿਰਮਜ਼ੀ ਹੋਰਾਂ ਨੂੰ ਮੈਂ ਸਮਰਪਿਤ ਕੀਤੀ ਹੈ ਕਿ ਸੁਰਖ ਗੁਲਾਬਾਂ ਦੇ ਮੌਸਮ ਵਿੱਚ ਫੁੱਲਾਂ ਦੇ ਰੰਗ ਕਾਲੇ ਕਿਉਂ ਨੇ, ਵੇਖਣ ਵਾਲੀ ਅੱਖ ਦੇ ਅੰਦਰ ਇੰਨੇ ਗੂੜੇ ਜਾਲੇ ਕਿਉਂ ਨੇ। 70 ਸਾਲ ਆਜ਼ਾਦੀ ਜਿਹੜੇ ਘਰ ਪਰਿਵਾਰਾਂ ਰਲ ਕੇ ਚੁੰਘੀ, ਨੀਤਾਂ ਵਾਲੇ ਖਾਲਮ ਖਾਲੀ ਅੱਜ ਤੀਕਰ ਵੀ ਆਲੇ ਕਿਉਂ ਨੇ। ਭੋਗੀ ਯੋਗੀ ਰਲ ਗਏ ਵੇਖੋ, ਕਦ ਇੱਥੇ ਇੱਕ ਤਾਰਾ ਬੋਲੂ, ਤੇਰੇ ਮੇਰੇ ਸਭ ਦੇ ਮੂੰਹ ਤੇ ਅਣਦਿਸਦੇ ਜੇ ਤਾਲੇ ਕਿਉਂ ਨੇ। ਕੱਲ ਜੰਮੇ ਅੱਜ ਗੱਭਰੂ ਹੋ ਗਏ, ਦੇਣ ਹਕਾਇਤਾਂ ਆਪਾਂ ਸੁਣੀਏ, ਬਿਨ ਕੁਰਬਾਨੀ ਕੁਰਸੀ ਬੈਠੇ ਰਾਣੀ ਖਾ ਦੇ ਸਾਲੇ ਕਿਉਂ ਨੇ। ਦਾਤਾ ਤੇਰੇ ਘਰ ਦੇ ਅੰਦਰ ਡਠ ਗਈਆਂ ਨੇ 22 ਮੰਜੀਆਂ, ਧਰਮ ਗੁਆਚਾ ਧੜਿਆਂ ਪਿੱਛੇ ਇਹ ਸਭ ਕਾਲੇ ਮਾਲੇ ਕਿਉਂ ਨੇ। ਤੂੰ ਵੀ ਜੇਕਰ ਇੱਕੋ ਇੱਕ ਹੈ, ਸੂਰਜ ਵਾਂਗੂ ਸਭ ਦਾ ਸਾਂਝਾ, ਇਸ ਤਰ੍ਹਾਂ ਵਿਸ਼ਵਾਸਾਂ ਦੇ ਵੀ ਹੁੰਦੇ ਰੋਜ਼ ਉਧਾਲੇ ਕਿਉਂ ਨੇ। ਤੂੰ ਸੀ ਸਾਡਾ ਰਾਹ ਰੁਸ਼ਨਾਉਣਾ, ਭੁੱਲੇ ਭਟਕੇ ਰਾਹੇ ਪਾਉਣਾ, ਵਨ ਸਵੰਨੇ ਰਾਹੂ ਕੇਤੂ ਤੇਰੇ ਆਲ ਦੁਆਲੇ ਕਿਉਂ ਨੇ। ਭੋਗੀ ਯੋਗੀ ਰਲ ਗਏ ਸਿੱਖ ਹੋ, ਕਦ ਇੱਥੇ ਇੱਕ ਤਾਰਾ ਬੋਲੂ, ਤੇਰੇ ਮੇਰੇ ਸਭ ਦੇ ਮੂੰਹ ਦੇ ਅਣਦਿਸਦੇ ਜੇ ਤਾਲੇ ਕਿਉਂ ਨੇ। ਦਾਤਾ ਤੇਰੇ ਘਰ ਦੇ ਅੰਦਰ ਡਠ ਗਈਆਂ ਨੇ 22 ਮੰਜੀਆਂ, ਧਰਮ ਗੁਆਚਾ ਧੜਿਆਂ ਪਿੱਛੇ ਸਭ ਕਾਲੇ ਮਾਲੇ ਕਿਉਂ ਨੇ। ਸੁਰਖ ਗੁਲਾਬਾਂ ਦੇ ਮੌਸਮ ਵਿੱਚ ਫੁੱਲਾਂ ਦੇ ਰੰਗ ਕਾਲੇ ਕਿਉਂ ਨੇ, ਵੇਖਣ ਵਾਲੀ ਅੱਖ ਦੇ ਅੰਦਰ ਇੰਨੇ ਗੂੜੇ ਜਾਲੇ ਕਿਉਂ ਨੇ। ਧੰਨਵਾਦ ਤੁਹਾਡਾ, ਆਪਣਾ ਗੁਰਭਜਨ ਗਿੱਲ।